ਵਾਈਡ ਜੀ ਦਾ ਖਾਲਸਾ ਵਾਈਡ ਜੀ ਦੀ ਫਤਿਹ ਅੱਜ ਜਿਹੜਾ ਨਵਾਂ پارਲੀਮੈਂਟ ਦੀ ਬਿਲਡਿੰਗ 28 ਮਈ ਨੂੰ ਉਦਘਾਟਨ ਕੀਤੀ ਗਈ ਹੈ ਉਹਦੇ ਬਾਰੇ ਕੁਝ ਬੋਲਣਾ ਹੈ ਉਸ ਵਿਸ਼ੇ ਤੇ ਸਰ ਸਿਮਰਨਜੀਤ ਸਿੰਘ ਮਾਨ ਵੱਲੋਂ ਆ ਚਿੱਠੀ ਖੱਤ ਤਿਆਰ ਕੀਤਾ ਸੀ ਮੈਂ ਬੇਨਤੀ ਕਰਦਾ ਇਹ ਵੈਬਸਾਈਟ ਤੇ ਪੋਸਟ ਹੈ ਉਹ ਜਰੂਰ ਪੜਿਓ ਇਹ ਜਿਹੜਾ پارਲੀਮੈਂਟ ਖੋਲਿਆ ਗਿਆ ਨਵਾਂ ਬਿਲਡਿੰਗ ਬਣਾਈ ਗਈ ਹੈ ਇਹਦੇ ਉੱਤੇ ਦੋ ਤਿੰਨ ਗੱਲਾਂ ਕਰਨੀਆਂ ਜ਼ਰੂਰੀਆਂ ਪਹਿਲੀ ਹੈ ਕਿ ਇਹ ਇੱਕ ਬਿਲਕੁਲ ਹਿੰਦੂਤਵਾ ਦੇ ਅਧੀਨ ਬਿਲਡਿੰਗ ਬਣਾਈ ਗਈ ਹੈ ਔਰ ਖੋਲੀ ਗਈ ਹੈ ਇਹਦਾ ਸਬੂਤ ਜਿਹੜਾ ਮਦੂਰਾਏ ਦੀ ਅਦੀਨਮ ਸੰਪਰਦਾਏ ਉਹਦੇ ਅਧੀਨ ਜਿਹੜੇ ਉੱਥੇ ਸਾਥ ਆਏ ਸੀਗੇ ਉਹਨਾਂ ਨੇ ਮੋਦੀ ਤੋਂ ਇਹਦਾ ਉਦਘਾਟਨ ਕੀਤਾ ਹੈ ਤੇ ਇੱਕ ਜਿਹੜਾ ਡੰਡਾ ਸੀਗਾ ਉਹਨੂੰ ਸੰਗੋਲ ਕਹਿੰਦੇ ਆ ਪਰ ਇਹ ਚੀਜ਼ ਤਾਂ ਜਦ ਆਪਾਂ ਨੇ ਹੁਣ ਕਿੰਗ ਚਾਰਲਸ ਦਾ ਇਨੋਗਰੇਸ਼ਨ ਵੀ ਦੇਖਿਆ ਸੀ ਉਸ ਚ ਵੀ ਉਹਨੂੰ ਇੱਕ ਡੰਡਾ ਦਿੱਤਾ ਸੀਗਾ ਜਿਹਨੂੰ ਇੰਸਪੈਕਟਰ ਕਹਿੰਦੇ ਹੈਗੇ ਆ ਇਹ ਰਾਜ ਭਾਗ ਦਾ ਉਹਨਾਂ ਨੇ ਇੱਕ ਨਿਸ਼ਾਨ ਦਿਖਾਉਣ ਦਾ ਯਤਨ ਕੀਤਾ ਹੈਗਾ ਇਹ ਕਹਿੰਦੇ ਆ ਕਿ ਚੋਲਿਆਂ ਰਾਹੀਂ ਇਹ ਤਿਆਰ ਕੀਤਾ ਗਿਆ ਇਹ ਅਦੀਨਮ ਸੰਪਰਤਾ ਹੈ ਕਿ ਇਹ ਉੱਚ ਜਾਤੀ ਦੀ ਇੱਕ ਸੰਪਰਦਾ ਹੈ ਇਹ ਸ਼ਿਵਾਜੀ ਨੂੰ ਮੰਨਦੇ ਆਂ ਔਰ ਇਹਨਾਂ ਨੇ ਪਿਛਲੇ ਸਮੇਂ 'ਚ ਜਦ ਸੰਸਕ੍ਰਿਤ ਤੇ ਬ੍ਰਾਹਮਣਵਾਦ ਜ਼ਿਆਦਾ ਉੱਠਿਆ ਸੀਗਾ ਉਸ ਸਮੇਂ ਤੇ ਇਹਨਾਂ ਨੇ ਤਾਮਿਲਨਾਡ ਦੇ ਵਿੱਚ ਆਪਣਾ ਸ਼ਿਵਾਜੀ ਦੇ ਸ਼ਿਵ ਭਗਵਾਨ ਜੀ ਦੇ ਨਾਂ ਤੇ ਇਹਨਾਂ ਨੇ ਆਪਣੀ ਸੰਪਰਦਾ ਚਲਾਈ ਹੈ ਇਹਨਾਂ ਨੇ ਕਿਸੇ ਹੱਦ ਤੱਕ ਉਸ ਸਮੇਂ ਦੇ ਵਿੱਚ ਬ੍ਰਾਹਮਣਵਾਦੀ ਸੋਚ ਤੋਂ ਵੱਖਰੇ ਹੋ ਕੇ ਤੁਰਨ ਦਾ ਯਤਨ ਕੀਤਾ ਜੋ ਮੈਂ ਪੜਿਆ ਪਰ ਇਹ ਜੇ 1200 ਸਾਲ ਪਹਿਲਾਂ ਬਣਾਈ ਗਈ ਸੀ ਇਹਦੇ ਜਿਹੜੇ ਮੁਖੀ ਬਣਦੇ ਆ ਉਹ ਉੱਚ ਜਾਤੀ ਛਤਰੀਆਂ ਤੋਂ ਹੀ ਬਣਦੇ ਹੈਗੇ ਆ ਇਹਨਾਂ ਦੇ ਵਿੱਚ ਜਾਤ ਪਾਤ ਤੋਂ छुटਕਾਰਾ ਕਿਤੇ ਵੀ ਨਹੀਂ ਹੈਗਾ ਹੈ ਇਹ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਰਿਫਾਰਮ ਸਮਝਦੇ ਆ ਪਰ ਜਿੱਥੇ ਤੱਕ ਗੁਰਸਿੱਖੀ ਗਈ ਹੈ ਕਿ ਜਾਤ ਪਾਤ ਨੂੰ ਖਤਮ ਕਰ ਦੇਣਾ ਉੱਥੇ ਤੱਕ ਇਹ ਪਹੁੰਚੇ ਨਹੀਂ ਹੈਗੇ ਇਹ ਜਿਹੜਾ ਸੰਪਰਦਾਇ ਇਹ ਜਦ ਹੁਣ ਆ ਕੇ ਇੱਕ ਪਾਰਲੀਮੈਂਟ ਦੀ ਬਿਲਡਿੰਗ ਖੋਲ ਉਦਘਾਟਨ ਕਰਦਾ ਤਾਂ ਦੋ ਤਿੰਨ ਸਵਾਲ ਉੱਠਦੇ ਆ ਪਹਿਲਾ ਸਵਾਲ ਇਹ ਹੈ ਕਿ ਜਿਸ ਦੇ ਨਾਂ ਤੇ ਪਾਰਲੀਮੈਂਟ ਆਪਣੇ ਕਾਨੂੰਨ ਬਣਾਉਂਦਾ ਉਹ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਜਿਹੜੀ ਸਾਡੀ ਰਾਸ਼ਟਰਪਤੀ ਐ ਉਹ ਬੀਬੀ ਮੁਰਮਰ ਉਹ ਉੱਚ ਜਾਤੀਆਂ ਚ ਨਹੀਂ ਐ ਜੋ ਮੰਨੂ ਦੀ ਸਮ੍ਰਿਤੀ ਦਿਨ ਉੱਚ ਜਾਤੀਆਂ ਮੰਨੀਆਂ ਜਾਂਦੀਆਂ ਇਹ ਜਿਹੜਾ ਇਹਨਾਂ ਨੇ ਉਸ ਨੂੰ ਨਹੀਂ ਬੁਲਾਇਆ ਕਿਉਂ ਨਹੀਂ ਬੁਲਾਇਆ ਇੱਥੇ ਜਿਹੜੇ ਮਾਨਸ ਧਰਮ ਸ਼ਾਸਤਰ ਮੰਨੂ ਸਮ੍ਰਿਤੀ ਜਿਹਨੂੰ ਕਹਿੰਦੇ ਐ ਉਹਦੇ ਜਿਹੜੇ ਸ਼ਲੋਕ ਐ ਉਹ ਸੁਣਨ ਯੋਗ ਐ ਉਹਦੇ ਵਿੱਚ ਸਪਸ਼ਟ ਕਹਿੰਦੇ ਆ ਕਿ ਜਿਹੜਾ ਸ਼ੁੱਧਰ ਹੈ ਉਹ ਬਾਹਮਣ ਦੀ ਸੇਵਾ ਵਾਸਤੇ ਬਣਿਆ ਹੋਇਆ ਹੈ ਜਿਹੜਾ ਸ਼ੁੱਧਰ ਹੈ ਉਹ ਕਦੀ ਰਾਜ ਨਹੀਂ ਕਰ ਸਕਦਾ ਸ਼ੁੱਧਰ ਕਦੀ ਕਾਨੂੰਨ ਨਹੀਂ ਬਣਾ ਸਕਦਾ ਜਿਹੜੇ ਰਾਜ ਦੇ ਵਿੱਚ ਸ਼ੁੱਧਰ ਮੁਖੀ ਜਾਂ ਕਾਨੂੰਨਦਾਨ ਹੋਊਗਾ ਉਹ ਰਾਜ ਭ੍ਰਸ਼ਟ ਹੋ ਜਾਊਗਾ ਜਿਵੇਂ ਗਾਉਂ ਦਲਦਲ 'ਚ ਬਿਲਕੁਲ ਡੁੱਬ ਜਾਂਦੀ ਹੈ ਉਸ ਤਰ੍ਹਾਂ ਉਹ ਰਾਜ ਖਤਮ ਹੋ ਜਾਊਗਾ ਸੋ ਪਹਿਲੀ ਗੱਲ ਮੇਰੇ ਦਿਮਾਗ 'ਚ ਇਹ ਆਉਂਦੀ ਹੈ ਤੇ ਇਹਦਾ ਸਪਸ਼ਟਿਕਰਨ ਦਿੱਤਾ ਜਾਵੇ ਕਿ ਮਨੁਸਮ੍ਰਿਤੀ ਦੀ ਸੋਚ ਅਧੀਨ ਇਹ ਉਦਗਾਟਨ ਹੋਇਆ ਕਿ ਨਹੀਂ ਜੇ ਇਹ ਇੱਕ ਇਹੋ ਜਿਹਾ ਰਾਜ ਬਣਾਉਣ ਦਾ ਯਤਨ ਕੀਤਾ ਜੋ ਮਨੁਸਮ੍ਰਿਤੀ ਅਧੀਨ ਹੈ ਫਿਰ ਇਹ ਇੱਕ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਸਾਡਾ ਤਾਂ ਖਾਲਸਾ ਰਾਜ ਖਾਲਸਤਾਨ ਖਾਲਸਾ ਬਣਾਉਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜਾਤ ਪਾਤ ਨੂੰ ਹਟਾ ਕੇ ਲੰਗਰ ਦੀ ਮਰਿਆਦਾ ਕਾਇਮ ਰੱਖ ਕੇ ਹਿੰਦੂ ਰਾਜਿਆਂ ਨੂੰ ਪਰਾਂ ਕਰਕੇ ਸਰਬੰਸਦਾਨ ਕਰਨ ਤੇ ਆਪਣੇ ਆਪ ਨੂੰ ਮਜਬੂਰ ਕਰ ਲਿਆ ਸੀ ਪਰ ਉਹਨਾਂ ਨੇ ਜਾਤ ਪਾਤ ਨੂੰ ਆਪਣੇ ਰਾਜ ਭਾਗ 'ਚ ਨਹੀਂ ਆਣ ਦਿੱਤਾ ਇਹ ਜਿਹੜਾ ਚਾਲ ਚੱਲੀ ਗਈ ਹੈ ਭਾਜਪਾ ਤੋਂ ਇਹਦਾ ਜਵਾਬ ਜ਼ਰੂਰ ਮਿਲਣਾ ਚਾਹੀਦਾ ਦੂਜੀ ਗੱਲ ਆਪਾਂ ਕਰਦੇ ਹਾਂ ਕਿ ਇਹ ਬਣੀ ਕਿੱਥੇ ਹੈ ਨਿਊ ਪਾਰਲੀਮੈਂਟ ਜਿੱਥੇ ਪਾਰਲੀਮੈਂਟ ਬਣੀ ਐ ਉਹ ਪਿੰਡ ਹੈਗਾ ਰਾਇਸੀਨਾ ਰਾਇਸੀਨਾ ਪਿੰਡ ਕਿਹਦਾ ਸੀਗਾ ਇਹ ਸਾਡੇ ਸਤਕਾਰਯੋਗ ਲੱਖੀ ਸ਼ਾਹ ਬੰਜਾਰਾ ਸਾਹਿਬ ਦੇ ਚਾਰ ਪਿੰਡ ਸੀਗੇ 12 ਖੰਬਾ ਰਾਇਸੀਨਾ ਨਰੇਲਾ ਤੇ ਇੱਕ ਚੌਥਾ ਸੀਗਾ ਇਹ ਸਾਰੇ ਉਹਨਾਂ ਦੀ ਜਾਇਦਾਦ ਸੀ ਉਹਨਾਂ ਦੇ ਪੁੱਤ ਅੱਗੇ ਜਾ ਕੇ ਪਾਈਨ ਗਈ ਆ ਜੀ ਪਾਈ ਦੋ ਹੋਰ ਪੁੱਤ ਤੇ ਇੱਕ ਉਹਨਾਂ ਦੀ ਲੜਕੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਅਨੰਦਪੁਰ ਸਾਹਿਬ 'ਚ ਉਸ ਜੰਗ 'ਚ ਸ਼ਹੀਦ ਹੋਏ ਸੀ ਜਿਸ 'ਚ ਸਰਬੰਸਦਾਨੀ ਨੇ ਸਰਬੰਸਦਾਨ ਕੀਤਾ ਸੀ ਔਰ ਉਸ ਦਰਬਾਰ 'ਚ ਉਹਨਾਂ ਨੇ ਸੇਵਾ ਕਰਕੇ ਉਸ ਦਰਬਾਰ ਨਾਲ ਜੁੜੇ ਸੀ ਜਿਸ ਕਰਕੇ ਜਦ ਸਰਪਗੇਲ ਸਿੰਘ ਨੇ ਆਪਣੀ ਫੌਜ 30000 ਦੀ ਲੈ ਕੇ ਦਿੱਲੀ ਦੇ ਉੱਤੇ ਆਪਣਾ ਰਾਜ ਸਥਾਪਿਤ ਕੀਤਾ ਜਿਹੜੇ ਰਕਾਬਗਨ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਘਰ ਦੇ ਵਿੱਚ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਰੀਰ ਸੰਸਕਾਰ ਕੀਤਾ ਸੀ ਉੱਥੇ ਰਕਾਬ ਗਨ ਸਾਹਿਬ ਬਣਾਏ ਸੀ ਤੇ ਆਲੇ ਦਿਵਾਲੇ ਦੀ ਜ਼ਮੀਨ ਰਾਜ ਸਿੰਘਾਂ ਦੀ ਜਿਹੜੀ ਭਾਈ ਲੱਖੀ ਸ਼ਾਹ ਪੰਜਾਰਾ ਦੀ ਸੀ ਉਹ ਗੁਰੂ ਘਰ ਦੇ ਨਾਲ ਜੋੜਤੀ ਸੀਗੀ ਕਹਿਣ ਦਾ ਭਾਵ ਅੱਜ ਪਾਰਲੀਮੈਂਟ ਸਾਡੇ ਸਿੱਖਾਂ ਦੀ ਜ਼ਮੀਨ ਦੇ ਉੱਤੇ ਗੁਰੂ ਘਰ ਦੇ ਉੱਤੇ ਸਥਾਪਿਤ ਕੀਤੀ ਗਈ ਹੈ ਤੇ ਕਿੱਡੀ ਕਾਨੂੰਨੀ ਹਰਕਤ ਹੈ ਉਸ ਜ਼ਮੀਨ ਦੇ ਉੱਤੇ ਇੱਕ ਪਾਰਲੀਮੈਂਟ ਸਥਾਪਿਤ ਕੀਤਾ ਗਿਆ ਜਿਹਦੇ ਵਿੱਚ ਧਾਰਾ 25 ਚ ਕਹਿੰਦੇ ਆ ਕਿ ਸਿੱਖਸ ਆ ਕਨਸਿਡਰਡ ਟੂ ਬੀ ਹਿੰਦੂਸ ਜਦ ਕੇ ਭੈਰੋ ਮਹੱਲਾ ਪੰਜਵਾਂ ਸਪਸ਼ਟ ਕਹਿੰਦਾ ਹੈ ਕਿ ਅਸੀਂ ਗੁਰੂ ਅਰਜਨ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਨਾ ਹਮ Hindu ਨਾ ਮੁਸਲਮਾਨ ਜਦ ਗੁਰੂ ਗ੍ਰੰਥ ਸਾਹਿਬ ਸਾਨੂੰ ਹੁਕਮ ਕਰਦੇ ਆ ਕਿ ਅਸੀਂ Hindu ਨਹੀਂ ਐ ਅਸੀਂ ਸਾਡਾ ਜਿਹੜੀ ਸੋਚ ਹੈ ਮਨੁੱਖਤਾ ਅਦੀਨ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਜੇ ਸੀਸ ਦਿੱਤਾ ਉਹ ਆਪਣੇ ਜਿਹੜੇ ਧਾਰਮਿਕ ਹੱਕਾਂ ਵਾਸਤੇ ਆ ਉਹ ਕਾਜ਼ੀਆਂ ਦੇ ਸਾਹਮਣੇ ਉਹ ਗੁਰੂ ਨਾਨਕ ਸਾਹਿਬ ਦੇ ਵਚਨ ਕਹੇ ਕਿ ਤੂੰ ਬਾਬਰ ਤੂੰ ਹੈ ਜਾਬਰ ਉਹਦੇ ਕਰਕੇ ਉਹਨਾਂ ਨੇ ਸਟੈਂਡ ਦਿੱਤਾ ਸੀ ਉਹਨਾਂ ਨੇ ਆਪਣੇ ਧਾਰਮਿਕ ਹੱਕਾਂ ਵਾਸਤੇ ਮਨੁੱਖਤਾ ਵਾਸਤੇ ਆਪਣਾ ਸੀਸ ਦਿੱਤਾ ਅੱਜ ਇੱਕ ਸੰਸਥਾ ਇਹੋ ਜਿਹੀ ਜਿਹੜੀ ਸਾਡੇ ਗੁਰੂਆਂ ਦੇ ਬਚਨਾਂ ਨੂੰ ਮਰੋੜ ਕੇ ਉਹ ਪੁੱਠਾ ਸਾਨੂੰ Hindu ਬਣਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਉਹ ਸੁਵਿਧਾਨਦੀਨ ਤੁਰਦੀ ਹੈਗੀ ਹੈ ਉੱਥੇ ਜਾ ਕੇ ਸਾਡਾ ਪਾਰਲੀਮੈਂਟ ਸਾਡੀ ਜ਼ਮੀਨਾਂ ਦੇ ਉੱਤੇ ਕਾਬਜ ਹੋ ਕੇ ਉਹਨਾਂ ਨੇ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਮਨੁੱਖਤਾ ਲਈ ਦਿੱਤਾ ਮਨੁੱਖੀ ਅਧਿਕਾਰਾਂ ਲਈ ਦਿੱਤਾ ਔਰ ਜਿੱਥੇ ਇੱਕ ਜਾਤ ਪਾਤ ਨੂੰ ਮੰਨਣ ਵਾਸਤੇ ਵਾਲੀ ਮਦੁਰਾਇ ਅਧినਮ ਉੱਥੇ ਜਾ ਕੇ ਇੱਕ ਇਹੋ ਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਨੂੰ ਵੜਾਈ ਦਿੰਦੀ ਹੈ ਤੇ ਉਹਦੇ ਨਾਂ ਤੇ ਰਾਜ ਸਥਾਪਿਤ ਕਰਦੀ ਹੈ ਜਿਨ੍ਹਾਂ ਨੇ ਆਪਣੇ ਗੁਜਰਾਤ ਦੇ ਵਿੱਚ ਰਾਜ ਕਰਦੇ ਆ ਬੇਅੰਤ ਬੇਕਸੂਰ ਜਾਨਾਂ ਦਾ ਕਤਲਿਆਂ ਮੁੱਖ ਮੰਤਰੀ ਹੁੰਦੇ ਦੇਖਿਆ ਨਾ ਕੋਈ ਰੋਕ ਲਾਈ ਨਾ ਉਹਦੇ ਉੱਤੇ ਕੋਈ ਇਨਸਾਫ ਦਿੱਤਾ ਇਹੋ ਜਿਹਾ ਰਾਜ ਵਿਅਕਤੀ ਨੂੰ ਤੁਸੀਂ ਉੱਥੇ ਜਾ ਕੇ ਆਪਣਾ ਮੁਖੀ ਬਣਾਇਆ ਜਦਕਿ ਰਾਸ਼ਟਰਪਤੀ ਨੂੰ ਤੁਸੀਂ ਨੇੜੇ ਨਹੀਂ ਲੱਗਣ ਦਿੱਤਾ। ਇਹੀ ਗੱਲ ਉਹ ਪਾਰਲੀਮੈਂਟ ਦੇ ਸਾਹਮਣੇ ਹੋਈ ਹੈ। ਅੱਜ 40 ਸਾਲ ਸਾਡੇ 1984 ਦੇ ਕਤਲੇਆਮ ਦੇ ਬੀਤ ਗਏ ਹੈਗੇ ਆ। ਉਹ 40 ਸਾਲਾਂ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਜਿਹੜੀ ਪਾਰਲੀਮੈਂਟ ਦੇ ਬਿਲਡਿੰਗ ਦੇ ਸਾਹਮਣੇ ਸਿੱਖਾਂ ਦੇ ਵੱਢ ਕੇ ਸਾੜ ਕੇ ਮਾਰ ਕੇ ਕਤਲ ਕੀਤੇ ਜਦ ਇਸ ਦੇਸ਼ ਦੇ ਪਾਰਲੀਮੈਂਟ ਨੇ ਕੋਈ ਰੋਕ ਨਹੀਂ ਲਾਈ ਜਦ ਜਿੱਥੇ ਆਰਮੀ ਨੇਵੀ 에ਅਰ ਫੋਰਸ ਪੁਲਿਸ ਸੀਆਰਪੀ ਆਈਟੀ ਬੀਪੀ ਐਫ ਬੀਐਸਐਫ ਸਾਰੇ ਤਰ੍ਹਾਂ ਦੀਆਂ ਸੰਸਥਾਾਂਾਂ ਮਾ ਉਹਦੇ ਹੈੱਡਕੁਆਰਟਰ ਸੀ ਤੇ ਉੱਥੇ ਵੀ ਪਾਰਲੀਮੈਂਟ ਦੇ ਸਾਹਮਣੇ ਕਮਲਨਾਥ ਨੇ ਸਾਡੇ ਸਿੱਖਾਂ ਦਾ ਕਤਲਿਆਂ ਹੁੰਦੇ ਦੇਖਿਆ ਉਸ ਧਰਤੀ ਦੇ ਉੱਤੇ ਅੱਜ ਨਵੇਂ ਸਿੱਖਾਂ ਦੀ ਧਰਤੀ ਦੇ ਉੱਤੇ ਨਵਾਂ ਪਾਰਲੀਮੈਂਟ ਬਣਿਆ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਕੰਮ ਹੋਇਆ ਇਹ ਨਾ ਕਾਨੂੰਨਾ ਹੋਇਆ ਹੈਗਾ ਕਿ ਸਿੱਖਾਂ ਨੂੰ ਅੱਜ ਉੱਠ ਕੇ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਨਾ ਹਮ ਹਿੰਦੂ ਨਾ ਮੁਸਲਮਾਨ ਆਪਾਂ ਨੂੰ ਇਹਦੀ ਰਿਜੈਕਸ਼ਨ ਕਰਨੀ ਚਾਹੀਦੀ ਹੈ ਆਪਾਂ ਨੂੰ ਧਾਰਾ 25 ਦੇ ਵਰਖਲਾ ਬਣਾਉਣਾ ਚਾਹੀਦਾ ਇਹ ਪਾਰਲੀਮੈਂਟ ਦੀ ਬਿਲਡਿੰਗ ਉਦਘਾਟਨ ਕਰਦੇ ਆ ਹੋਇਆ ਕਹਿੰਦੇ ਆ ਕਿ ਇਹ ਜਮੂਰੀਅਤ ਭਾਰਤ ਵਿੱਚ ਸਭ ਤੋਂ ਪੁਰਾਤਨ ਰੀਤ ਰਸਮ ਇਹ ਜਮੂਰੀਅਤ ਹੀ ਭਾਰਤ 'ਚ ਬਣਾਈ ਗਈ ਹੈ ਇਹਦਾ ਜੀ20 ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ ਗਿਆ ਕਿ ਜਮੂਰੀਅਤ ਭਾਰਤ ਚ ਪੈਦਾ ਹੋਈ ਹੈ ਸਾਧ ਸੰਗਤ ਜੀ ਇਹ ਕੀ ਜਮੂਰੀਅਤ ਹੋਈ ਜਿਹਦੇ ਵਿੱਚ ਮਨੁਸਮ੍ਰਿਤੀ ਕਹਿੰਦੀ ਹੈ ਸ਼ੂਦਰ ਪੜ ਨਹੀਂ ਸਕਦਾ ਸ਼ੂਦਰ ਦੇ ਕੋਈ ਹੱਕ ਨਹੀਂ ਸ਼ੂਦਰ ਦੀ ਜਾਇਦਾਦ ਬ੍ਰਾਹਮਣ ਲੈ ਸਕਦਾ ਹੈ ਜਾਇਦਾਦ ਵਿੱਚ ਉਹਦੀ ਜਨਾਨੀ ਵੀ ਚੱਕ ਸਕਦਾ ਹੈ ਜਨਾਨੀ ਦੇ ਕੋਈ ਹੱਕ ਨਹੀਂ ਹੈ ਜੇ ਕੋਈ শূਦਰ ਬੰਮਣ ਨੂੰ ਬੋਲਦਾ ਤੇ ਉਹਨੂੰ ਚੁੱਭਦੀ ਹੈ ਤੇ ਉਸ ਰਾਜ ਦਾ ਇਹ ਫਰਜ ਹੈ ਕਿ ਉਹਦੀ ਜੀਬ ਕੱਟੀ ਜਾਏ ਉਹਦੇ ਅੱਖਾਂ ਤੇ ਕੰਨਾਂ 'ਚ ਉਬਲਦਾ ਤੇਲ ਪਾਇਆ ਜਾਏ ਉਹਨੂੰ ਖਤਮ ਕੁਚਲ ਕਰਕੇ ਮਨੁੱਖਤਾ ਨੂੰ ਵਖਰੇਵੇਂ ਚ ਪਾ ਕੇ ਉਹਦੀ ਤਾਂ ਵੋਟ ਕਿੱਥੇ ਬਣਨੀ ਹੈ ਉਹ ਕਿਹੜੀ ਜਮੂਰਤ ਹੈ ਜਿਹਦੇ ਵਿੱਚ ਤੁਸੀਂ ਮਨੁੱਖ ਨੂੰ ਮਨੁੱਖ ਨਹੀਂ ਮੰਨਦੇ विदाउट यूनिवर्सल फ्रेंचाइज के हर एक दा हक होवे ਤੁਸੀਂ ਕਹਿੰਦੇ ਆ ਜਮੂਰੀਅਤ ਐ ਉਹ ਜਮੂਰੀਅਤ ਨਹੀਂ ਐ ਉਹ ਟਿਰਨੀ ਐ ਜਿਹਦੇ ਵਿੱਚ ਚੁਣੇ ਹੋਏ ਕੁਝ ਆਪਣੇ ਬ੍ਰਾਹਮਣਵਾਦੀ ਛੱਤਰਵਾਦੀ ਹੋਰ ਸੋਚ ਦੀ ਨਰਾਜ ਕਰਦੇ ਆ 댓 ਇਜ਼ ਨਾਟ ਡੈਮੋਕ੍ਰੇਸੀ ਡੈਮੋਕ੍ਰੇਸੀ ਬਿਲਕੁਲ ਨਹੀਂ ਐ ਜਮੂਰੀਅਤ ਕਿੱਥੇ ਇਸ ਦੇਸ਼ ਦੇ ਵਿੱਚ ਆਈ ਐ 1920 ਚ ਸਿੰਘ ਸਭਾ ਲਹਿਰ ਨੇ ਉੱਠ ਕੇ ਆਪਣੇ ਗੁਰੂ ਘਰ ਆਜ਼ਾਦ ਕੀਤਾ 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਬਣਿਆ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰੀ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਜਿਹਦੇ ਵਿੱਚ ਬਿਨਾਂ ਜਾਇਦਾਦ ਤੋਂ ਵੀ ਵੋਟ ਪਾ ਸਕਦਾ ਸੀਗਾ ਕਿਉਂਕਿ ਪਹਿਲਾਂ ਲੈਂਡ ਓਨਰਸ ਨੂੰ ਹੱਕ ਹੁੰਦਾ ਸੀਗਾ ਯੂਨੀਵਰਸਲ ਫ੍ਰੈਂਚਾਈਜ਼ ਸਿੱਖ ਗੁਰਦੁਆਰਾ ਐਕਟ ਨੇ ਸਾਨੂੰ ਬਣਾ ਕੇ ਦਿੱਤੀ ਹੈ ਔਰ ਗਾਂਧੀ ਨੇ ਵੀ ਕਿਹਾ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਜਦ ਸਿੱਖ ਗੁਰਦੁਆਰਾ ਐਕਟ ਬਣਿਆ ਇਹ ਸਖ ਗੁਰਦੁਆਰਾ ਐਕਟ 1925 ਤੋਂ ਚੋਣ 5 ਸਾਲ ਪਹਿਲਾਂ 3 ਸਾਲ ਬਾਅਦ ਹੁੰਦੇ ਸੀ ਫਿਰ ਉਹਦੇ ਬਾਅਦ 5 ਸਾਲ ਕਰਤਾ ਉਹ ਲਗਾਤਾਰ ਚੋਣ ਹੁੰਦੇ ਆਏ 1947 ਤੋਂ ਬਾਅਦ ਜਦ ਦੇ ਮੁਖਤਾਰਾ ਦੀ ਦੇਸ਼ ਬਣਿਆ ਉਹਦੇ ਬਾਅਦ ਐਸਜੀਪੀਸੀ ਦੇ ਚੋਣ ਅੱਜ ਤੁਸੀਂ ਦੇਖ ਲਓ 2024 ਚ ਨਵਾਂ ਪਾਰਲੀਮੈਂਟ ਜਾ ਜਾਊਗਾ ਉਹਦੇ ਵਿੱਚ 18ਵੀਂ ਪਾਰਲੀਮੈਂਟ ਬੈਠੂਗੀ 18 ਵਾਰੀ ਚੋਣ ਹੋ ਚੁੱਕੇ ਆਂ 18 ਨੂੰ 5 ਨਾਲ ਆਪਾਂ ਗੁਣਾ ਕਰਦੇ ਹੈਗੇ ਆ ਤਾਂ 90 ਸਾਲ ਬਣ ਜਾਂਦੇ ਹੈਗੇ ਆ ਵਿੱਚ ਕੋਈ ਨਾ ਕੋਈ ਗਵਰਨਮੈਂਟ ਟੁੱਟ ਗਈ ਤਾਂ ਵੱਧ ਹੋਇਆ ਮਤਲਬ ਸੰਗਤ ਦਾ ਮਤ ਜਮੂਰੀਅਤ ਲਗਾਤਾਰ ਆਪਣਾ ਪ੍ਰਧਾਨ ਚੁਣਦੀ ਰਹੀ ਐ ਇਸ ਪਰਚ ਪਰ ਜਿਹੜੀ ਐਸਜੀਪੀਸੀ ਦੀ ਚੋਣ ਐ ਜਿਹਦੇ ਚੋਣ ਕਰਾਉਣੇ ਹੋਮ ਮਿਨਿਸਟਰੀ ਦੇ ਹੱਥ 'ਚ ਐ ਪੰਜਾਬ ਸਰਕਾਰ ਦੇ ਹੱਥ 'ਚ ਐ ਬੁੱਝੋ ਜਿਹੜੀ ਜਮਹੂਰੀਅਤ ਉਹਰੇ ਪੈਦਾ ਕੀਤੀ ਸੀ ਯੂਨੀਵਰਸਲ ਫਰੈਂਚਾਈਜ਼ ਪੈਦਾ ਕੀਤੀ ਸੀ ਉਹਦੇ ਕਿੰਨੇ ਚੋਣ ਹੋਏ ਆ 1947 ਬਾਅਦ ਸਿਰਫ 8 ਵਾਰੀ ਇਹਨਾਂ ਨੇ ਚੋਣ ਕਰਾਏ ਆ 8 ਵਾਰੀ ਸਾਡੀ ਜਮਹੂਰੀਅਤ ਨੂੰ ਇਹਨਾਂ ਨੇ ਕੁਚਲਤਾ ਸਿੱਖੀ ਨੂੰ Hindu ਬਣਾਤਾ ਸਾਡਾ ਧਰਮ ਤਬਦੀਲ ਕਰਨ ਦੇ ਯਤਨ ਕਰ ਰਹੇ ਆ ਤੇ ਹੁਣ ਸਿੱਖਾਂ ਦੀ ਜ਼ਮੀਨਾਂ ਦੇ ਉੱਤੇ ਇਹਨਾਂ ਨੇ ਆਪਣਾ ਨਵਾਂ ਪਾਰਲੀਮੈਂਟ ਬਣਾ ਕੇ ਉਹਦੇ ਉੱਤੇ ਅਦੀਨਮ ਮਧੁਰਾਏ ਦੇ ਉਥੇ ਦੇ ਮੁਖੀਆਂ ਤੋਂ ਉਦਘਾਟਨ ਕਰ ਰਹੇ ਆ ਥੋੜਾ ਜਮਾ ਧਰਮ ਤਬਦੀਲ ਕਰਕੇ ਇਹਨਾਂ ਨੇ ਤੈਸ਼ ਨੇਸ ਕਰਤਾ ਹੈਗਾ ਅਸੀਂ ਹੁਣ ਇੱਕ ਚਿੱਠੀ ਲਿਖਾਂਗੇ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਚੋਣਾਂ ਦੇ ਵਿੱਚ ਇਕੱਠ ਨਹੀਂ ਹੋਣ ਦਿੰਦੇ ਉੱਥੇ ਸਾਨੂੰ ਵੋਟ ਨਹੀਂ ਮੰਗਣ ਦਿੰਦੇ ਪਰ ਜਿਹੜਾ ਤੁਹਾਡਾ ਮੁੱਖ ਪਾਰਲੀਮੈਂਟ ਹੈ ਜਿਹਦੇ ਵਿੱਚ ਉਹ મતદાન ਦੇ ਕੇ ਅਸੀਂ ਭੇਜੀਦਾ ਉਹਦੇ ਵਿੱਚ ਤਾਂ Hindu ਧਰਮ ਦੇ ਮੁੱਖ ਧਾਰਾ ਦੇ ਉਹਨਾਂ ਦੇ ਉੱਚ ਜਾਤੀ ਦੇ ਆਕੇ ਉੱਥੇ ਉਦਘਾਟਨ ਕਰਦੇ ਆ ਉਹਦੇ ਵਿੱਚ বাসਦੇ ਆ ਰਹਿੰਦੇ ਆ ਤਾਂ ਫੇਰ ਤੁਸੀਂ ਸਾਨੂੰ ਕਿਉਂ ਕਹਿੰਦੇ ਹੋ ਕਿ ਤੁਸੀਂ ਗੁਰੂ ਘਰਾਂ 'ਚ ਆਪਣੇ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਇਹ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈ ਲਗਾਤਾਰ ਸਾਡੇ ਜੋੜ ਮੇਲਿਆਂ ਦੇ ਉੱਤੇ ਕਹਿੰਦੇ ਆ ਕਿ ਓਰੇ ਸਿਰਫ ਧਾਰਮਿਕ ਗੱਲ ਕਰੋ ਸਿਆਸੀ ਗੱਲ ਓਰੇ ਨਹੀਂ ਹੋਣੀ ਚਾਹੀਦੀ ਸਾਡਾ ਧਰਮ ਕੁਚਲ ਕੇ ਦਬਲ ਕੇ ਜਿਹਦੇ ਵਿੱਚ ਮੀਰੀ ਪੀਰੀ ਇੱਕ ਬਹੁਤ ਵੱਡਾ ਗੁਰੂ ਹਰਗੋਬਿੰਦ ਪਾਸ਼ਾ ਦਾ ਕਨਸੈਪਟ ਹੈ अनु खतम ਕਰਨ ਤੇ ਲੱਗੇ ਹੋਏ ਆ ਇਹ ਬਹੁਤ ਭਿਆਨਕ ਸਾਡੇ ਉਤੇ ਹਮਲੇ ਹੋ ਰਹੇ ਆ ਲਗਾਤਾਰ ਅਸੀਂ ਆਪਣਾ ਧਰਮ ਉਹਦੀ ਚਲਾਉਣਾ ਉਰੇ ਰਹਿਣਾ ਬੈਣਾ ਭਾਰਤ ਦੇ ਵਿੱਚ ਸਾਡਾ ਖਤਮ ਹੋ ਰਿਹਾ ਇਹ ਸਾਨੂੰ ਬੜੀ ਗੰਭੀਰਤਾ ਨਾਲ ਕੇਸ ਲੈਣਾ ਚਾਹੀਦਾ ਇਹਦੇ ਵਿੱਚ ਇਹਨਾਂ ਨੇ ਜਿਹੜੀ ਨਵੀਂ ਪਾਰਲੀਮੈਂਟ ਹੈ ਉਹਦੇ ਵਿੱਚ ਚੈਂਬਰ ਵੀ ਵੱਡੇ ਬਣਾਤੇ ਆ ਕਿਉਂ ਕਿਉਂਕਿ ਨਵੀਂ ਡੀਲਿਮਿਟੇਸ਼ਨ ਹੋਣੀ ਹੈ ਉਹਦੇ ਅਧੀਨ ਨਵੇਂ ਮੈਂਬਰ ਚੁਣੇ ਜਾਣੇ ਆ ਹੁਣ ਪੰਜਾਬ ਦੇ ਸਿਰਫ 13 ਉਰੇ ਸੀਟਾਂ ਹੈਗੀਆਂ ਉਹ ਵੀ 543 ਚੋਂ ਤੇ ਜਦ ਇਹਨਾਂ ਨੇ ਵਧਾਤਾ ਫੇਰ ਤਾਂ ਥੋੜੇ ਬਿਲਕੁਲ ਕੋਡੀ ਜਿੰਨੇ ਵੀ ਨਹੀਂ ਥੋਡੀਆਂ ਸੀਟਾਂ ਰਹਿ ਜਾਣੀਆਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਲਗਾਤਾਰ ਸਿੱਖਾਂ ਦੀ ਗਿਣਤੀ ਘਟਾਈ ਹੈ ਸਾਡੇ ਉੱਤੇ ਹਮਲੇ ਕੀਤੇ ਆ ਅਕਾਲ ਤਖਤ ਸਾਹਿਬ ਟੈਟੇਰੀ ਕਰਤੇ ਆ ਜਮਹੂਰੀਅਤ ਖਤਮ ਕਰਤੀ ਹੈ ਸਾਡੇ ਉੱਤੇ ਇਹਨਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਜਿਵੇਂ ਖਾਲਰਤ ਸਾਹਿਬ ਨੇ ਕੀਤਾ ਸਾਡੇ ਯੂਥ ਨੂੰ ਮਿਸਗਾਈਡ ਕਰਕੇ ਨਸ਼ਿਆਂ 'ਚ ਤੇ ਇਸ ਮਾਰਗ ਕੇ ਇਹਨਾਂ ਨੇ ਖਤਮ ਕਰਤਾ ਹੈਗਾ ਸਿੱਖੀ ਨੂੰ ਖਤਮ ਕਰਕੇ ਇਹ ਆਪਣਾ ਘਰ ਬਦਾਣਾ ਚਾਹੁੰਦੇ ਆ ਤੇ ਸਾਡੀਆਂ ਚੋਣਾਂ ਬਿਲਕੁਲ ਖਤਮ ਕਰਕੇ ਸਾਨੂੰ ਇੱਕ ਕੁਚਲ ਕੇ ਖਤਮ ਕਰਨਾ ਚਾਹੁੰਦੇ ਆ ਇਹ ਜਿਹੜਾ ਹੁਣ ਬੀਤੇ ਆ ਸਾਡੇ ਨਾਲ ਇਹਨੂੰ ਆਪਾਂ ਬਿਲਕੁਲ ਸੀਰੀਅਸਲੀ ਲੈ ਕੇ ਜਿਹੜੇ ਆਪਣੇ ਐਸਜੀਪੀਸੀ ਦੇ ਚੋਣਾਂ ਆ ਉਹਦੇ ਉੱਤੇ ਕਿਹੜੀ ਨਿਗਾ ਪਾਈਏ ਹਰੇਕ ਸਿੱਖ ਉੱਠ ਕੇ ਆਪਣੇ ਚੋਣਾਂ ਦਾ ਹੱਕ ਮੰਗੇ ਆਪਣੀ ਜਮਹੂਰੀਅਤ ਮੁੜ ਕੇ ਬਸਾਉਣ ਦਾ ਯਤਨ ਕਰੇ ਇੱਥੇ ਧਾਰਾ 85 ਦੇ ਹੁਣ ਇਲੈਕਸ਼ਨ ਅਨਾਉਂਸ ਹੋਏ ਆ ਉਹਦੀ ਕੋਈ ਡੇਟ ਨਹੀਂ ਦਿੱਤੀ ਗਈ ਉਹਦੇ ਬਾਰੇ ਕੋਈ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਇਹ ਜਿਹੜਾ ਇੱਥੇ ਦਾ ਹੋਮ ਸੈਕਟਰੀ ਹੈ ਚੀਫ ਸੈਕਟਰੀ ਹੈ ਉਹਨਾਂ ਨੇ ਡੀਸੀਆਂ ਨੂੰ ਹਜੇ ਤੱਕ ਹਦਾਇਤਾਂ ਨਹੀਂ ਕੀਤੀਆਂ ਕਿ ਵੋਟਾਂ ਬਣਾਓ ਉਹ ਜਾ ਕੇ ਚੋਣ ਦਾ ਐਲਾਨ ਨਹੀਂ ਕੀਤਾ ਕਿ ਕਦੋਂ ਹੋਣਾ ਹੈਗਾ ਇਹਨਾਂ ਨੇ ਕੋਚਲ ਕੇ ਸਾਡੀ ਜਮਹੂਰੀਅਤ ਖਤਮ ਕਰਨ ਦੇ ਪਲਾਨ ਕੀਤੇ ਹੋਏ ਆਮ ਆਦਮੀ ਪਾਰਟੀ ਸਿੱਖੀ ਨੂੰ ਨਖੇਦ ਰਹੀ ਹੈ ਤੇ ਦੂਜੇ ਪਾਸੇ ਕਹਿੰਦੀ ਹੈ ਕਿ ਅਸੀਂ ਨੋਟਾਂ ਦੇ ਉੱਤੇ ਸਤਕਾਰਯੋਗ ਹਿੰਦੂ ਧਰਮ ਦੀ ਮਾਤਾ ਲਕਸ਼ਮੀ ਦੀ ਫੋਟੋ ਲਾਉਣੀ ਹੈ ਸਿੱਖ ਸਿੰਘ ਸਭਾ ਲਹਿਰ ਨੇ ਮੂਰਤੀਆਂ ਤੇ ਬੁੱਤ ਤੇ ਆ ਪੂਜਾ ਸਾਡੇ ਗੁਰੂ ਘਰਾਂ ਚ ਕਰਨ ਕੱਢਣ ਵਾਸਤੇ ਲੜੀ ਸੀਗੀ ਤਾਂ ਸਾਡੀ ਜਮਹੂਰੀਅਤ ਬਣੀ ਸੀਗੀ ਹੁਣ ਆਮ ਆਦਮੀ ਪਾਰਟੀ ਵੀ ਸਾਡੇ ਗੁਰੂ ਘਰਾਂ 'ਚ ਸਤਕਾਰਯੋਗ Hindu ਧਰਮ ਦੇ ਮਾਤਾ ਲక్ష్ਮੀ ਜੀ ਸਾਡੇ ਗੋਲਕਾਂ 'ਚ ਵੜ ਕੇ ਉੱਥੇ ਵੀ ਸਾਨੂੰ ਮੱਥਾ ਟਿਕਾਉਣਾ ਚਾਹੁੰਦੇ ਆ ਇਹ ਬਹੁਤ ਧਰਮ ਤਬਦੀਲੀ ਦੀ ਤੇਜ਼ੀ ਨਾਲ ਇਹਨਾਂ ਦੀ ਸੋਚ ਵੱਧ ਰਹੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਣ ਤੋਂ ਮਨਾ ਕਰਤਾ ਸੀ ਜਿਸ ਤਰ੍ਹਾਂ ਅਸੀਂ ਜਾਤ ਪਾਤ ਤੋਂ ਨਿਕਲ ਕੇ ਦਸਮ ਪਿਤਾ ਨੇ ਹਿੰਦੂ ਰਾਜਿਆਂ ਨੂੰ ਲੰਗਰ 'ਚ ਵੱਖਰਾ ਬੈਠਣ ਤੋਂ ਇਨਕਾਰ ਕਰਕੇ ਆਪਣਾ ਸਰਬੰਸਦਾਨ ਕਰਤਾ ਸੀ ਆਪਾਂ ਨੂੰ ਆਪਣੇ ਕੌਮ ਨੂੰ ਬਚਾਉਣ ਵਾਸਤੇ ਹਮ ਹਿੰਦੂ ਨਹੀਂ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਆਪਣੇ ਗੁਰੂਆਂ ਦੇ ਅਸੀਂ ਚੱਲੇ ਆ ਆਪਣੇ ਗੁਰੂ ਘਰ ਨੂੰ ਮੁੜ ਆਜ਼ਾਦ ਕਰਨ ਵਾਸਤੇ ਦਿਨ ਰਾਤ ਇੱਕ ਕਰਨੀ ਚਾਹੀਦੀ ਹੈ 2024 'ਚ 40 ਸਾਲ ਹੋ ਜਾਣੇ ਆ 40 ਸਾਲ ਇਹ 1984 ਦੇ ਕਤਲੇਆਮ ਦੇ 76 ਸਾਲ ਹੋ ਜਾਣੇ ਆ 47 ਤੋਂ ਜੇ ਆਪਾਂ ਇਕੱਠੇ ਹੋ ਕੇ ਇਹਦੇ ਉੱਤੇ ਕੰਮ ਨਹੀਂ ਕੀਤਾ ਆਪਾਂ ਇਕੱਠੇ ਹੋ ਕੇ ਆਪਣੇ ਹੱਕ ਨਹੀਂ ਮੰਗੇ ਸਿੰਘ ਸਭਾ ਲਹਿਰ ਮੰਗੂ ਆਪਾਂ ਸ਼ਾਂਤਮਈ ਰੂਪ ਦੇ ਵਿੱਚ ਮੋਰਚੇ ਨਹੀਂ ਲਾਏ ਸਾਨੂੰ ਕਿਸੇ ਨੇ ਨਹੀਂ ਬਖਸ਼ਣਾ ਹੈਗਾ ਗੁਰੂ ਘਰ ਬਚਾਉਣ ਵਾਸਤੇ ਆਪਣੀ ਗੁਰਸਿੱਖੀ ਬਚਾਉਣ ਵਾਸਤੇ ਸਾਨੂੰ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਪੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ